ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਚੈਟਿੰਗ 'ਚ ਹੋਏ ਇਸ਼ਕ ਨੇ ਪਹੁੰਚਾ ਦਿੱਤਾ ਸੁਲਾਖਾਂ ਦੇ ਪਿੱਛੇ, ਇਹ ਤਸਵੀਰਾਂ ਨੇ ਤਲਵਾੜਾ ਦੀਆਂ। ਦਰਅਸਲ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਇੱਕ ਲੜਕੀ ਦੇ ਨਾਲ ਫੇਸਬੁੱਕ 'ਤੇ ਇਸ ਸ਼ਖਸ ਨੂੰ ਇਸ਼ਕ ਹੋ ਗਿਆ। ਇਸ਼ਕ ਅਜਿਹਾ ਸੀ ਜਿਸ ਦਾ ਅੰਤ ਸੁਲਾਖਾਂ ਦੇ ਪਿੱਛੇ ਹੋਇਆ, ਕਿਉਂਕਿ ਦਰਅਸਲ ਜਨਾਬ ਨੂੰ ਸੋਸ਼ਲ ਮੀਡੀਆ ਦੇ ਉੱਤੇ ਚੈਟ ਕਰਦੇ ਕਰਦੇ ਇੱਕ ਨਾਬਾਲਿਗ ਲੜਕੀ ਦੇ ਨਾਲ ਇਸ਼ਕ ਹੋ ਗਿਆ ਸੀ। ਦੋਨਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ, ਪਰ ਕੁੜੀ ਵਾਲਿਆਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਆਖਿਰਕਾਰ ਮੁੰਡੇ ਦੇ ਕੁੜੀ ਨੇ ਯੋਜਨਾ ਬਣਾ ਲਈ। ਇਸ ਯੋਜਨਾ ਦੇ ਤਹਿਤ ਮੁੰਡਾ ਗੁੰਮਰਾਹ ਕਰਕੇ ਕੁੜੀ ਨੂੰ ਨਾ ਲੈ ਗਿਆ। ਫਿਰ ਕੀ ਸੀ, ਹੁਸ਼ਿਆਰਪੁਰ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਆਖਿਰਕਾਰ ਇਸ ਲੜਕੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਪੁਲਿਸ ਦੀ ਮੰਨੀਏ ਤਾਂ ਅਬੋਹਰ ਦਾ ਰਹਿਣ ਵਾਲਾ ਸ਼ੱਕ ਸੋਸ਼ਲ ਮੀਡੀਆ ਦੇ ਚੱਕਰ ਦੇ ਵਿੱਚ ਚੈਟਿੰਗ ਕਰਦੇ ਕਰਦੇ ਇਸ਼ਕ ਦੇ ਚੱਕਰ 'ਚ ਪੈ ਗਿਆ ਅਤੇ ਹੁਣ ਉਸਨੂੰ ਸੁਲਾਖਾ ਦੇ ਪਿੱਛੇ ਪਹੁੰਚਣਾ ਪੈ ਗਿਆ ਹੈ। ਕੁੜੀ ਨੂੰ ਉਸਦੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੀ ਹੈ ਪੁਲਿਸ, ਉਸ ਤੋਂ ਬਾਅਦ ਸੁਣੋ ਇਸ ਆਰੋਪੀ ਨੇ ਕੀ ਕੁਝ ਮੰਨਿਆ ਕਿ ਕਿਵੇਂ ਹੋਇਆ ਇਸਨੂੰ ਇਸ਼ਕ ਅਤੇ ਕਿਵੇਂ ਪਹੁੰਚਿਆ ਸਲਾਖਾਂ ਦੇ ਪਿੱਛੇ। ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਜੋਨੀ ਗੇਰਾ ਦੀ ਰਿਪੋਰਟ। ਮੁਕੱਦਮਾ ਨੰਬਰ 80 ਗੇਟਿਡ 12/11/19 ਅੰਡਰ ਸੈਸ਼ਨ 363 366 IPC ਥਾਣਾ ਤਲਵਾੜਾ ਦਰਜ ਰਜਿਸਟਰ ਹੋਇਆ ਸੀ, ਜਿਹਦੇ ਆਧਾਰ 'ਤੇ ਰਜਿੰਦਰ ਸਿੰਘ ਸਨ ਆਫ ਜਸਵੰਤ ਸਿੰਘ ਵਾਸੀ ਪਿੰਡ ਡੰਡੇਵਾਲੀ ਥਾਣਾ ਬੋਹਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਅਗਾਂਹ ਤਫਤੀਸ਼ ਜਾਰੀ ਹੈ। ਸਰ, ਕੀ ਮਾਮਲਾ ਸੀ ਜਿਹੜਾ ਫੜਿਆ? ਲੜਕੀ ਨੂੰ ਇੱਥੋਂ ਜਿਹੜਾ ਵਾ ਗਵਾਹ ਕਰਕੇ ਲੈ ਗਿਆ ਸੀ ਅਤੇ ਜਿਹਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ। ਕਿੱਦਾਂ ਕਿੱਦਾਂ ਗੱਲ ਪਈ, ਇੱਥੇ ਕਿੰਨੇ ਤੱਕ ਤੁਸੀਂ ਪੁੱਜੇ ਹੋ? ਫਿਰ ਜਿਹਨੇ ਮੈਨੂੰ ਆਪਣਾ ਨੰਬਰ ਦਿੱਤਾ ਸੀ ਫੇਸਬੁੱਕ 'ਤੇ ਜੀ, ਫਿਰ ਫੋਨ 'ਤੇ ਗੱਲ ਹੁੰਦੀ ਰਹੀ ਸੀ, ਫਿਰ ਇਹਨਾਂ ਦੇ ਮੰਮੀ ਨਾਲ ਗੱਲ ਹੋਈ ਸੀਗੀ, ਫਿਰ ਇਹਨਾਂ ਦੇ ਮੰਮੀ ਬੋਲਦੇ ਸੀ ਕਿ ਰਿਸ਼ਤਾ ਕਰ ਦਾਂਗੇ ਅਸੀਂ ਤੁਹਾਡੇ ਨਾਲ, ਫਿਰ ਇਹਨਾਂ ਦੇ ਮੰਮੀ ਨੇ ਨਾ ਕਰਦੀ, ਕਹਿੰਦੇ ਅਸੀਂ ਨਹੀਂ ਕਰਦੇ, ਫਿਰ ਇਹਨਾਂ ਮੈਨੂੰ ਫੋਨ ਕੀਤਾ ਸੀਗਾ, ਫਿਰ ਮੈਂ ਉੱਥੋਂ ਬੋਹਰ ਤੋਂ ਆਇਆ ਸੀ ਦਸੂਹੇ ਜੀ, ਅਤੇ ਦਸੂਹੇ ਤੋਂ ਅੱਗੇ ਆਪੇ ਆ ਗਏ ਸੀ ਇੱਧਰੋਂ ਜੀ। ਫਿਰ ਕਿੱਥੇ ਰਹੇ ਕਿੰਨੇ ਦਿਨ? ਅਸੀਂ ਜੀ ਪਹਿਲਾਂ ਤਾਂ ਸਟੇਸ਼ਨ 'ਤੇ ਆਏ ਸੀਗੇ 5-6 ਦਿਨ, ਫਿਰ ਮੇਰੇ ਮਾਮੇ ਘਰ ਆਏ ਸੀ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ 'ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793-95956।